ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਰਾਜਮਾਂਹ ਬਣਾਉਂਦੇ ਹਾਂ। ਇਹਨਾਂ ਲਈ ਮੈਂ ਦੋ ਟਮਾਟਰ ਕੱਟ ਲਏ ਆ, ਇੱਕ ਪਿਆਜ਼, ਅਦਰਕ, ਹਰੀ ਮਿਰਚ। ਹੁਣ ਆਪਾਂ ਤੜਕਾ ਲਾਉਂਦੇ ਹਾਂ। ਔਇਲ ਆਪਣਾ ਗਰਮ ਹੋ ਗਿਆ ਹੈ। ਹੁਣ ਆਪਾਂ ਇਹ 'ਚ ਜੀਰਾ ਪਾਉਂਦੇ ਹਾਂ, ਪਿਆਜ਼ ਪਾ ਦਿੰਦੇ। ਪਿਆਜ਼ ਆਪਣੇ ਫਰਾਈ ਹੋ ਗਏ, ਫਿਰ ਆਪਾਂ ਟਮਾਟਰ ਪਾਉਂਦੇ। ਪਿਆਜ਼ ਆਪਣੇ ਫਰਾਈ ਹੋ ਗਏ, ਹੁਣ ਆਪਾਂ ਟਮਾਟਰ, ਅਦਰਕ ਅਤੇ ਹਰੀ ਮਿਰਚ ਪਾ ਦਿੰਦੇ। ਹੁਣ ਆਪਾਂ ਉੱਥੇ ਬਾਕੀ ਮਸਾਲੇ ਪਾ ਦਿੰਦੇ ਹਾਂ। ਉਹਦੇ ਵੀ ਆਪਾਂ ਦੇਗੀ ਲਾਲ ਮਿਰਚ ਪਾ ਲਵਾਂਗੇ, ਉਹਦੀ ਕਾਲੀ ਮਿਰਚ, ਹਲਦੀ, ਉਹਦੇ ਦਾ ਗਰਮ ਮਸਾਲਾ, ਥੋੜ੍ਹਾ ਜਿਹਾ ਧਨੀਆ ਪਾਊਡਰ। ਦਹੀਂ ਵੀ ਪਾਉਣਾ ਹੈ, ਆਪਾਂ ਰਾਜਮਾਂਹ ਪਾ ਦਿੰਦੇ ਹਾਂ। ਹੁਣ ਇਹਨੂੰ ਆਪਾਂ ਅੱਧਾ ਘੰਟਾ ਰਹਿਣਾਗੇ, ਫਿਰ ਆਪਾਂ ਚੈੱਕ ਕਰਦੇ ਰਹਿਣਾ ਬੱਚਾ। ਰਾਜਮਾਂਹ ਆਪਣੇ ਬਣ ਗਏ, ਹੁਣ ਆਪਾਂ ਧਨੀਆ ਪਾ ਦਿੰਦੇ ਹਾਂ। ਥੋੜ੍ਹਾ ਜਿਹਾ ਹੀ ਪਾਇਆ, ਜ਼ਿਆਦਾ ਨਹੀਂ। ਹੁਣ ਆਪਾਂ ਨੂੰ 2 ਮਿੰਟ ਢੱਕ ਦਿੰਦੇ ਹਾਂ, ਫਿਰ ਆਪਾਂ ਪਲੇਟਿੰਗ ਕਰਦੇ ਹਾਂ। ਆਪਣੇ ਰਾਜਮਾਂਹ ਚੌਲ ਬਣ ਕੇ ਤਿਆਰ ਆ, ਹੁਣ ਆਪਾਂ ਬਹਿ ਕੇ ਖਾਂਦੇ ਹਾਂ। ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਕਮੈਂਟ ਵੀ ਜ਼ਰੂਰ ਕਰਿਆ ਕਰੋ।